ਚੀਜ਼ਾਂ ਪੜੀਆਂ ਕਿ ਇੱਕ ਤਾਂ ਚੱਕ ਨਹੀਂ ਰਿਹਾ ਉੱਪਰ ਦੀ ਮੰਡੀ ਦੇ ਵਿੱਚ ਥਾਂ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਆਪਣਾ ਝੋਨਾ ਰੱਖਣ ਦੇ ਲਈ। ਬਿਲਕੁਲ ਬਿਲਕੁਲ ਦੇਖੋ ਮੰਡੀ ਦੇ ਵਿੱਚ ਆੜਤੀਏ ਵੀਰ ਕਹਿੰਦੇ ਆ ਭਈ ਅਸੀਂ ਇਹ ਝੋਨੇ ਦੀ ਭਰਾਈ ਦਿੱਤਾ, ਸੈਲਰ ਮਾਲਕ ਕਹਿੰਦੇ ਆ ਅਸੀਂ ਆਪਣੇ ਸੈਲਰ 'ਚ ਝੋਨਾ ਲਵਾਇਆ। ਤੁਸੀਂ ਦੇਖੋ ਭਈ ਆੜਤੀਏ ਵੀ ਨਿਕਲ ਗਏ, ਸੈਲਰ ਮਾਲਕ ਵੀ ਨਿਕਲ ਗਏ, ਸਰਕਾਰ ਇਹ ਕਹਿ ਕੇ ਮੀਟਿੰਗ ਮੀਟਿੰਗ ਖੇਡ ਕੇ ਨਿਕਲ ਰਹੀ ਆ ਵੀ ਝੋਨਾ ਐਂ ਹੀ ਲੋਕਾਂ ਦਾ ਡਿੱਗੂ ਪਵੇ, ਖੇਤਾਂ 'ਚ ਬਰਬਾਦ ਹੋ ਜਾਏ, ਸਾਨੂੰ ਖਰੀਦਣਾ ਨਾ ਪਵੇ, ਇਹ ਸਾਨੂੰ ਮਾਨ ਨਹੀਂ ਚਾਹੁੰਦੇ ਕਿਸਾਨ। ਅਤੇ ਇਸ ਵੇਲੇ ਨੁਕਸਾਨ ਕਿਹੜਾ ਹੋ ਰਿਹਾ ਕਿਸਾਨ ਦਾ, ਅਤੇ ਜੇ ਕਿਸਾਨ ਨੇ ਮਰਨਾ ਹੀ ਹੈ ਫਿਰ ਅਸੀਂ ਆਤਮ ਹੱਤਿਆ ਕਰਕੇ ਕਿਉਂ ਮਰੀਏ, ਅਸੀਂ ਫਿਰ ਬਿਲਕੁਲ ਸੜਕਾਂ 'ਤੇ ਆ ਕੇ ਮਰਾਂਗੇ ਕਿ ਭਾਈ ਸਾਡਾ ਜੇ ਝੋਨਾ ਤੁਸੀਂ ਨਹੀਂ ਚੱਕਣਾ, ਨਹੀਂ ਭਰਾਈ ਕਰਨੀ, ਅਤੇ ਅਸੀਂ ਹੁਣ ਸੁਸਾਈਡ ਨਹੀਂ ਕਰਨਾ, ਫਾਹੇ ਲੈ ਕੇ ਨਹੀਂ ਮਰਨਾ, ਅਸੀਂ ਫਿਰ ਸਰਕਾਰ ਨਾਲ ਲੜ ਕੇ ਮਰਾਂਗੇ। ਦੇਖੋ ਸੀਐਮ ਮਾਨ ਨੇ ਜਿਹੜੇ ਸਾਡੇ ਕੁਛ ਲੀਡਰ ਆ ਬਾਅਦ 'ਚ ਗਏ ਸੀ ਮਿਲਣ, ਉਹਨਾਂ ਦੇ ਨਾਲ 4 ਦਿਨ ਲਏ ਸੀ, ਇਹ 4ਵਾਂ ਦਿਨ ਹੈ ਹਾਲੇ ਤੱਕ ਹੱਲ ਕੋਈ ਹੋਇਆ ਹੀ ਨਹੀਂ। ਉਹ ਗੱਲ ਤਾਂ ਉਹੀ ਹੈਗੀ ਜਿਹਨੇ ਮੈਂ ਪਹਿਲਾਂ ਕਹੀ ਆ ਕਿ ਸਰਕਾਰ ਮੀਟਿੰਗ ਮੀਟਿੰਗ ਖੇਡ ਰਹੀ ਹੈ, ਹੱਲ ਕੋਈ ਨਹੀਂ ਕੱਢ ਰਹੀ। ਜਿਵੇਂ ਤੁਸੀਂ ਪਹਿਲੇ ਦੱਸਿਆ ਕਿ ਸਾਨੂੰ ਮਜਬੂਰੀ ਦੇ ਵਿੱਚ ਸੜਕਾਂ 'ਤੇ ਆਉਣਾ ਪੈਂਦਾ ਨਾ, ਲੱਖਾਂ ਕਿਸਾਨ ਜਿਹੜੇ ਨੇ ਇਹਦੇ ਨਾਲ ਜੁੜੇ ਹੋਏ ਨੇ, ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਸਾਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ, ਪਬਲਿਕ ਕਹਿ ਦਿੰਦੀ ਕਿ ਸਾਨੂੰ ਇਹਨਾਂ ਕਰਕੇ ਪਰੇਸ਼ਾਨੀ ਹੋ ਰਹੀ ਹੈ, ਅਸੀਂ ਇਹਨਾਂ ਕਰਕੇ ਜੀ ਸਾਡਾ ਟਾਈਮ ਖਰਾਬ ਹੋ ਰਿਹਾ ਹੈ, ਉਹਨਾਂ ਨੂੰ ਕੀ ਜਵਾਬ? ਦੇਖੋ ਪਬਲਿਕ ਨੂੰ ਇਹ ਸਮਝਣਾ ਚਾਹੀਦਾ ਸਿੱਧੇ ਸ਼ਬਦਾਂ 'ਚ, 41,000 ਕਰੋੜ ਦੀ CC ਜਾਰੀ ਹੋਈ ਹੈ, 41,000 ਕਰੋੜ ਕਿਸਾਨਾਂ ਦੀ ਜੇਬ 'ਚ ਆਉਣਾ। ਜਦੋਂ ਕਿਸਾਨਾਂ ਦੀ ਜੇਬ 'ਚ ਆਉਣਾ, ਉਹ ਛੋਟੇ ਦੁਕਾਨਦਾਰ ਕੋਲ ਜਾਣਾ, ਛੋਟੇ ਕਾਰੋਬਾਰੀ ਕੋਲ ਜਾਣਾ, ਮਜ਼ਦੂਰ ਕੋਲ ਜਾਣਾ। ਪੰਜਾਬ ਦੀ ਅਰਥ ਵਿਵਸਥਾ, ਪੰਜਾਬ ਦੀ ਖੇਤੀਬਾੜੀ 'ਤੇ ਟਿਕੀ ਹੋਈ ਹੈ, ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਹੈ ਪੰਜਾਬ, ਅਤੇ ਜੇਕਰ ਅੱਜ ਇਹ 41,000 ਕਰੋੜ ਕਿਸਾਨਾਂ ਦੀ ਜੇਬ 'ਚ ਨਹੀਂ ਆਉਂਦਾ, ਪਹਿਲਾਂ ਡੱਗ ਮਗਾਈ ਹੋਈ ਅਰਥ ਵਿਵਸਥਾ ਤਾਂ ਪੰਜਾਬ ਦੀ, ਅਤੇ ਪੰਜਾਬ ਤਾਂ ਡੁੱਬ ਜੂ ਸਾਰਾ। ਅਸੀਂ ਲੜਾਈ ਇਕੱਲੀ ਝੋਨੇ ਦੀ ਨਹੀਂ ਲੜ ਰਹੇ, ਪੰਜਾਬ ਦੇ ਹਰ ਨਾਗਰਿਕ ਨੂੰ ਇਹ ਸਮਝਣਾ ਚਾਹੀਦਾ, ਅਸੀਂ ਪੰਜਾਬ ਦੀ ਅਰਥ ਵਿਵਸਥਾ ਵਾਸਤੇ ਲੜ ਰਹੇ ਹਾਂ, ਪੰਜਾਬ ਨੂੰ ਬਚਾਉਣ ਲਈ ਲੜ ਰਹੇ ਹਾਂ, ਅਤੇ ਇਸ ਕਰਕੇ ਇਹ ਜ਼ਰੂਰ ਲੱਗ ਰਿਹਾ ਕਿ ਅੱਜ ਝੋਨਾ ਲੈ ਕੇ ਜਾਂਦੇ ਆ ਜੀ, ਝੋਨਾ ਨਹੀਂ ਖਰੀਦ ਰਹੇ ਤਾਂ ਸੜਕਾਂ ਰੋਕ ਕੇ ਬਹਿ ਗਏ। ਸਾਡੀ ਮਜਬੂਰੀ ਆ ਮੇਰੇ ਭੈਣੋ ਭਰਾਵੋ, ਸਮਝੋ ਆਉਣ ਵਾਲਾ ਭਵਿੱਖ ਪੰਜਾਬ ਦਾ, ਇਹ ਕੇਂਦਰ ਸਰਕਾਰ ਸੱਟ ਮਾਰਨਾ ਚਾਹੁੰਦੀ ਹੈ, ਤੁਹਾਨੂੰ ਡੋਬਣਾ ਚਾਹੁੰਦੀ ਹੈ, ਅਤੇ ਇਹ ਰਲ ਗਈ ਹੈ ਭਗਵੰਤ ਮਾਨ ਸਰਕਾਰ ਉਹਨਾਂ ਦੇ ਨਾਲ, ਅਤੇ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਤੁਹਾਨੂੰ ਤਕੜੇ ਹੋ ਕੇ ਲੜਨਾ ਪੈਣਾ, ਸੰਘਰਸ਼ ਕਰਨਾ ਪੈਣਾ, ਤਦ ਪੰਜਾਬ ਨੂੰ ਬਚਾ ਪਾਓਗੇ, ਨਹੀਂ ਤਾਂ ਇਹੋ ਜਿਹੀ ਸੱਟ ਮਾਰਨਗੇ, ਪੰਜਾਬ ਕਦੇ ਉੱਠ ਨਹੀਂ ਪਾਊਗਾ। ਜਿਹੜੀ ਝੋਨੇ ਦੀ ਵਿਕਰੀ ਹੈ, ਚਾਹੇ ਕੋਈ ਵੀ ਫਸਲ ਹੈ, ਉਹ ਸਿੱਧਾ ਜੋ ਹੈ ਉਸ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੀ ਹੈ ਨਾ, ਆਮ ਪਬਲਿਕ ਵੀ ਉਸ ਨੂੰ ਖਾਂਦੀ ਹੈ, ਪਰ ਲੱਗਦਾ ਹੈ ਕਿ ਬਹੁਤ ਵਾਰ ਆਮ ਪਬਲਿਕ ਇਹ ਚੀਜ਼ਾਂ ਨੂੰ ਸਮਝਣ ਦੇ ਵਿੱਚ ਰਹਿੰਦੀ ਹੈ, ਕਿਉਂਕਿ ਕੱਲ੍ਹ ਤੁਸੀਂ ਇੱਕ ਵੀਡੀਓ ਦੇਖੀ ਸੀ, ਬੜੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਇੱਕ ਕਿਸਾਨ ਕੁਝ ਐਮਰਜੈਂਸੀ ਦੇ ਲਈ ਜਾ ਰਹੇ ਅਤੇ ਉਹ MRI ਦੀ ਰਿਪੋਰਟ ਵੇਖ ਰਹੇ ਨੇ, ਅਤੇ ਲੋਕਾਂ ਨੇ ਬੜਾ ਕਿਹਾ ਕਿ ਭਾਈ ਤੁਸੀਂ ਕਿਉਂ ਵੇਖ ਰਹੇ ਹੋ, ਤੁਸੀਂ ਕਿਸੇ ਨੂੰ ਐਮਰਜੈਂਸੀ ਦੇ ਵਿੱਚ ਜਾਣ ਕਿਉਂ ਨਹੀਂ? ਦੇਖੋ ਸਾਡੇ ਵਿੱਚ ਵੀ ਕਈ ਨੌਜਵਾਨ ਇਹ ਗਲਤੀਆਂ ਕਰਦੇ ਆ, ਉਹ ਜਲੰਧਰ ਦੀ ਘਟਨਾ ਹੈ, ਮੈਂ ਉਹ ਵੇਖੀ ਆ ਜਿੱਥੇ ਜਲੰਧਰ ਵਾਲੇ ਲਾ ਕੇ ਬੈਠੇ ਸੀ ਸਾਥੀ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਵਿਖਾਓ, ਅਸੀਂ ਇੱਥੇ ਕਿਹਾ ਹੋਇਆ ਸਾਡੇ ਇੱਥੇ ਫਗਵਾੜੇ ਦੀ ਕੋਈ ਘਟਨਾ ਨਹੀਂ ਹੋਈ, ਅਸੀਂ ਆਖਿਆ ਹੋਇਆ ਵੀ ਜਿਹੜੀਆਂ ਐਮਰਜੈਂਸੀ ਸੇਵਾਵਾਂ ਆ ਉਹ ਬਿਲਕੁਲ ਖੁੱਲ੍ਹੀਆਂ ਰੱਖਣੀਆਂ, ਨਾ ਤਾਂ ਬੱਚਿਆਂ ਦੀ ਕੋਈ ਬੱਸ ਰੋਕੀ ਕੱਲ੍ਹ ਦੀ, ਨਾ ਐਂਬੂਲੈਂਸ ਰੋਕੀ, ਨਾ ਕੋਈ ਬਿਮਾਰ ਠਮਾਰ ਰੋਕਿਆ। ਅੱਜ ਤਾਂ ਸਗੋਂ ਰਾਤ ਦਾ ਜਦੋਂ ਸਾਡੇ ਕੋਲ ਟਰਾਲੇ ਵਾਲੇ ਵੀਰ ਇਕੱਠੇ ਹੋ ਕੇ ਆਏ ਵੀ ਸਾਡੇ ਟਰਾਲੇ ਸਵੇਰ ਦੇ ਖੜ੍ਹੇ, ਅਸੀਂ ਭੁੱਖਣ ਪਾਣੇ ਖੜ੍ਹੇ ਹਾਂ, ਅਤੇ ਅਸੀਂ ਰਾਤ 10:30 ਵਜੇ ਉਹਨਾਂ ਨੂੰ ਕਹਿਤਾ ਚਲਾ ਲਓ, ਚਲੋ ਬੇਸ਼ੱਕ ਉਹ 12 ਵਜੇ ਆਏ, ਪਿੱਛੋਂ ਜਾਮ ਫਸਿਆ ਹੋਇਆ ਸੀ, ਅਤੇ 12 ਵਜੇ ਦੀ ਰਾਤ ਦੀ ਇਹ ਟ੍ਰੈਫਿਕ ਸਰਵਿਸ ਰੋਡਾਂ 'ਤੇ ਚੱਲ ਰਹੀ ਹੈ। ਸੋ ਅਸੀਂ ਸਮਝਦੇ ਹਾਂ, ਪਰ ਮਜ਼ਬੂਰੀ ਬਸ ਕਰੀਏ ਕੀ, ਸਾਨੂੰ ਦੱਸਿਆ ਜਾਵੇ। ਜਦੋਂ ਅਸੀਂ DC-ਆਂ ਦੇ ਦਫ਼ਤਰਾਂ ਮੂਹਰੇ ਬਹਿ ਲਿਆ, ਜਦੋਂ ਅਸੀਂ ਮੰਤਰੀਆਂ ਦੇ ਕੋਲ ਜਾ ਲਿਆ, ਜਦੋਂ ਅਸੀਂ ਸਰਕਾਰ ਦੇ ਭਰੋਸੇ 'ਤੇ ਆਪਣਾ ਧਰਨਾ ਪੋਸਟਪੋਨ ਕਰ ਲਿਆ, ਜਦੋਂ ਅਸੀਂ 3 ਘੰਟੇ ਬਹਿ ਕੇ ਅਲਟੀਮੇਟਮ ਦੇ ਦਿੱਤਾ ਵੀ ਭਾਈ ਇਹ ਵੇਖ ਲਓ ਇਹ ਸੰਘਰਸ਼ ਵੱਡਾ ਹੋਏਗਾ, ਇਹ ਵੀ ਸਰਕਾਰ ਦੇ ਜੂਨਾ ਸਰ ਕੇ ਫਿਰ ਹੱਲ ਕੀ ਰਹਿ ਗਿਆ? ਇਹ ਤਾਂ ਹੱਲ ਇਹ ਚਾਹੁੰਦੇ ਆ ਸਾਡੇ ਭੈਣਾਂ ਭਰਾ ਵੀ ਕਿਸਾਨ ਮਰ ਜਾਏ ਹੁਣ ਸੁਸਾਈਡ ਕਰਕੇ, ਵੀ ਤੁਹਾਡਾ ਦੇਖਦੇ ਹੋਏ ਰਾਹਤ, ਇਹ ਤਾਂ ਭਾਈ ਸਾਨੂੰ ਦਰੜ ਕੇ ਕਿਸਾਨਾਂ ਨੂੰ ਜਿਹੜੇ ਤੁਹਾਡੇ ਲਈ ਅਨਾਜ ਪੈਦਾ ਕਰਦੇ ਆ, ਸਾਡੀਆਂ ਛਾਤੀਆਂ ਉੱਪਰ ਦੀ ਗੱਡੀਆਂ ਲੰਘਾ ਕੇ ਲੈ ਜਾਓ ਭਾਈ, ਮਾਰ ਸਿੱਟੋ ਵੀ ਸਾਨੂੰ ਜੇ ਸਾਨੂੰ ਤੁਸੀਂ ਚੰਗਾ ਨਹੀਂ ਦੇਖਣਾ ਚਾਹੁੰਦੇ, ਤਾਂ ਜੇ ਨਹੀਂ ਪੰਜਾਬ ਨੂੰ ਚੰਗਾ ਦੇਖਣਾ ਚਾਹੁੰਦੇ। ਇਸ ਕਰਕੇ ਮੈਂ ਉਹਨਾਂ ਨੂੰ ਅਰਜ਼ ਕਰਾਂਗਾ, ਜਿਹੜਾ ਵੀ ਭੈਣ ਭਰਾ ਇਸ ਗੱਲ ਨੂੰ ਤੱਤਾ ਹੁੰਦਾ ਵੀ ਸਾਡਾ ਕੀ ਕਸੂਰ ਹੈ, ਭਾਈ ਕਸੂਰ ਕਿਸਾਨ ਦਾ ਵੀ ਕੋਈ ਨਹੀਂ, ਤੁਹਾਡੇ ਲਈ ਅੰਨ ਪੈਦਾ ਕੀਤਾ ਉਹਨੇ ਹੜ੍ਹ ਤੋੜ ਵੀ ਮਿਹਨਤ ਕਰਕੇ, ਅਤੇ ਅੱਜ ਕਸੂਰ ਉਹਦਾ ਵੀ ਕੋਈ ਨਹੀਂ ਜਦੋਂ ਮੰਡੀਆਂ 'ਚ ਰੋਲ ਰਿਹਾ ਬੈਠਾ। ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਦੁਸਹਿਰਾ ਦਿਵਾਲੀ ਘਰ ਵੇਖੋਗੇ, ਦੁਸਹਿਰਾ ਅੱਜ ਮੰਡੀਆਂ 'ਚ ਵੇਖਿਆ, ਦਿਵਾਲੀ ਮੈਨੂੰ ਲੱਗਦਾ ਸੜਕਾਂ 'ਤੇ ਵੇਖਾਂਗੇ, ਅਤੇ ਕਸੂਰ ਕਿਸਾਨ ਦਾ ਵੀ ਕੀ ਕਸੂਰ ਹੈ? ਉਹਦਾ ਇਹ ਕਸੂਰ ਹੈ ਕਿ ਉਹਨੇ ਹੱਡ ਤੋੜ ਵੀ ਮਿਹਨਤ ਕਰਕੇ ਦਿਨ ਰਾਤ ਲਾ ਕੇ ਅਨਾਜ ਪੈਦਾ ਕੀਤਾ ਦੇਸ਼ ਲਈ, ਜਿਹਦੇ ਅਨਾਜ ਜਿਹੜੀ ਅਨਾਜ ਵੰਡ ਪ੍ਰਣਾਲੀ 80 ਕਰੋੜ ਲੋਕਾਂ ਨੂੰ ਨਰਿੰਦਰ ਮੋਦੀ ਕਹਿੰਦਾ ਮੈਂ ਚਲਾਉਣਾ ਹੈ, ਉਹ ਕਿੱਥੋਂ ਚਲਾਉਂਦਾ ਹੈ? ਉਹ ਮੋਦੀ ਦੇ ਆਪਣੇ ਖੱਤੇ 'ਤੇ ਆ ਰਿਹਾ, ਉਹਦੇ ਬਾਪੂ ਦਾ ਖੇਤ 'ਚੋਂ ਆਉਂਦਾ, ਉਹ ਸਾਰਾ ਅਨਾਜ ਜਿਹੜਾ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ, ਦੇਸ਼ ਦਾ ਕਿਸਾਨ ਉਹ ਪੈਦਾ ਕਰਕੇ ਦਿੰਦਾ ਹੈ, ਅਤੇ ਫਿਰ ਇਹ ਲੋਕਾਂ ਦੀ ਜਾਂਦਾ ਜਿਹੜੇ ਉਹ ਲੋਕ ਅੱਜ ਤੱਤੇ ਹੋ ਰਹੇ, ਜੇ ਉਹਨਾਂ ਨੂੰ ਰਾਸ਼ਨ ਮਿਲ ਰਿਹਾ ਤਾਂ ਉਹ ਕਿਸਾਨ ਦੀ ਬਦੌਲਤ ਮਿਲ ਰਿਹਾ। ਇਹ ਮਤ ਸਮਝਿਆ ਜਾ ਕੇ ਵੀ ਸਰਕਾਰ ਦਿੰਦੀ ਹੈ, ਸਾਨੂੰ ਸਾਡੀ ਜਿਣਸ ਦਾ ਮੁੱਲ ਪੂਰਾ ਨਹੀਂ ਦੇ ਰਹੀ,
साढ़े सिरों जा रहा हो, क्योंकि जेकर स्वामीनाथन रिपोर्ट के मुताबिक जाए तो कणक का रेट 37-3700 बनता है, जी सा जीरी है यदा रेट भी 36-3700 बनता है। तो फिर आप कहने ना जो 36-3700 तो 50 रुपए में आटा लेना पै जाए, आप कहने ना महंगाई हो गई, तो अज आप फ्री मिल रहा ना, तो फ्री जो मिल रहा वो भी किसान के सिरों दे रही सरकार, क्योंकि किसान पूरा मुल नहीं दिता जाता, किसान मर रहा अज तो ये थानू लगता भी सरकार दे रही हैं, बिल्कुल नहीं। जिदन किसान मर गया मेरे वीरों ये फ्री वाले थोड़े सारे सौदे भी बंद हो जाने, थोड़ी बांह भी किसी नहीं फड़नी, आ जी आमदनी थोड़ी बहुत दुकानदारों हो रही कितों नहीं आनी। अज जेकर किसान को पैसे आते हैं वो बजाजी वाले को जाता है, अज जे किसान को पैसे आते हैं सुनार को जाता है, अज जे किसान को पैसे आते हैं वो करियाने वाले को जाता है। तो फिर भाई ये कारोबार सारे किसान सिरों चल रहे हैं, ठीक है असी अपनी फसल का मुल लें, कोई थोड़े तो एहसान नहीं कर रहे, पर साड़ी फसल का पूरा मुल नहीं मिल रहा। मैं बार बार कहांगा अद्धा मुल मिल रहा, तो अद्धा मुल जो तो रियायत मिल रही है वह किसान दे रहा, सरकार नहीं दे रही। सो अल्टीमेटम की होगा नैक्सट भी जे नहीं मानते पार्टी का? देखो असी बिल्कुल प्रण करके आए हैं जिन्ना चिर हल सरकार नहीं कढ़दी, ये बिल्कुल हाईवे जिहड़ा असी सेंटर च बैठे हाँ इहनूं हुण थोड़ी देर च ही फैसला लवेंगे, ये सर्व जरूरतां चलदियां रखनियां बंद करनियां। देखो साडी मजबूरी है, असी सारिआं नूं भैणां भरावां नूं कहांगे कि भाई असी रात नूं जरूर असी कोशिश करदे हां भई जे कोई ट्राले फसे ओह निकल जाण, पर साडा कसूर नहीं। जे सड़क हुण थोड़ी देर तक भी जाम हो जांदी आ, सरकार नूं कहो, सरकार नूं जिहनूं तुसीं वोटां पा के बणाया कहो सरकार नूं भी रस्ता खिलाओ भाई, असी नहीं कहिंदे तुसीं कहो भी साडी गल दा हल करो, सरकार नूं कहो राह खिलाओ बस, सरकार दे मारो डंडे चल के, सरकार दे फिर छित्र जिले तुहाडे को बूटा लैणा हुंदा भई असीं सड़कां ते असीं खजल खुआर हुंदे तुहाडी बदौलत, तुसीं किसान नूं क्यों दोषी मंनदे आ, सरकार नूं दोषी मनो, सरकार नूं कहो ठालो इहनां नूं, फिर सरकार नाल साडे नाल करो ये गल कि सानूं ठाले सरकार। इस करके ये तरीका हुंदा हर गल दा, सिद्धा सरकार अपने गलों गलावां ला के सीधा किसान के गल पाना चाहती थोड़े राही भाई, भाई तुम किसानों को कहो तुम कहते सड़क बंद करके बैठे, तुम सरकार चुनी है सरकार के कोल जाओ, सरकार अपने MLA कहो अपने लोकल प्रशासन कहो बिठा लो इन्हों भाई एक कहते बैठे आ, असी जवाब देवे प्रशासन को असी क्यों बैठे हाँ। इस करके क्लीयर कट है, किसानों को पूछना बंद करो बजाय इस गल के भी साड़ी मदद कर रही है, असी पंजाब नूं तुहाड़े बच्चों के भविख में बचाने की लड़ रहे हैं।